ਹੈਲੋ। ਹਾਂਜੀ, ਉਹ ਇੰਗਾ ਭਾਈ ਸ਼ੀਦਾ ਕੋਲ ਆਇਆ, ਮੈਂ ਬਾਅਦ ਮੈਂ ਗੱਲ ਕਰੂੰਗਾ ਥਾਰਾ ਨਾਲ। ਕੀ ਹਾਲ ਹੈ ਭਾਈ ਸ਼ੀਦਾ? ਠੀਕ ਠਾਕ, ਖੈਰ ਸੁੱਖ ਹੈ ਜਾਂ ਕਿ ਹਾਲਾਤ ਬਣਾਈ ਵੀ ਹੈ? ਗੱਜਣੀ ਬਣਿਆ ਵਾ ਅੱਜ? ਉਹ ਗਜਨੀ ਸਜਨੀ ਬਣ ਤੋ ਰਹਿ ਸ਼ੀਦੋ ਸ਼ੀਦਾ ਕੋ ਇੱਕ ਆਪਣੋ ਸਟਾਈਲ ਹੈ ਨਾ। ਪਰ ਹੁਣ ਇਸ ਗੱਲੋਂ ਹੈਰਾਨ ਆ ਬੰਦਾ ਜੇ ਦੇਖੋ ਨਾ, ਮੋਦੀ ਔਰ ਆਪ ਜਣੇ ਟੁਰ ਗਏ ਮੇਰਾ ਕੋਲ ਚੱਲੇ ਆਏ। ਆਏ 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 ਹੂੰ ਅੰਦਰ ਥੋ ਦਫ਼ਤਰ ਮੈਂ ਬੈਠੋ ਵੋ, ਉਹ ਦਿਲ ਬੇਚੈਨ ਜੋ ਹੋ ਗਿਓ ਮੈਂ ਕਿ ਬੜਾ ਦਿਨ ਹੋ ਗਏ ਸ਼ੀਦੋ ਨਹੀਂ ਲੱਭੋ, ਤਾਂ ਜਾਊਂ ਅੱਜ ਸ਼ੀਦਾ ਨਾਲ ਮੁਲਾਕਾਤ ਕਰ ਰਹਾ ਹੂੰ, ਹਾਲ ਚਾਲ ਪੁੱਛਾ ਹੂੰ। ਉਹ ਤਾਮਣਾ ਸ਼ੀਦਾ ਕੀ ਲੋੜ ਹੈ, ਮੈਂ ਨਵਾਂ ਯਾਰ ਲੱਭਾ ਅਮਿਰ ਸ਼ਾਹ ਜੀ ਸਾਡਾ, ਪੁਰਾਣਾ ਭੁੱਲੀ ਗਿਆ ਤਮ ਜਣੇ, ਆਏ ਕਿੰਨਾ ਸਾਲ ਹੋ ਗਏ ਧਾਰੀ ਹਕੂਮਤ ਨਾ, ਕਦੇ ਕਿਸੇ ਤਕਰੀਰ ਮੈਂ ਬੰਦਾ ਗਿਆ ਸ਼ੀਦਾ ਕੋ ਨਾਮ ਹੀ ਲਿਓ ਤਮਣੇ। ਤੇਰਾ ਫਿਰ ਅਮਿਤ ਸ਼ਾਹ ਜਿਹੜੋ ਹੈ ਤਿੰਨਾ ਪਤੋ ਹੈ ਪਾਰਟੀ ਕੋ ਬੰਦੋ ਹੈ, ਤਾਲਮੇਲ ਰੱਖਣੋ ਪੈ ਨਾਲੇ ਮਾਰੀ ਇੱਕ ਪੁਰਾਣੀ ਜੋੜੀ ਹੈ, ਇਸ ਕੋ ਯੋ ਮਤਲਬ ਦਾ ਨਹੀਂ ਹਮ ਸ਼ੀਦਾ ਨਾ ਭੁੱਲ ਜਾਂਗਾ। ਤੋਬਾ, ਚਲੋ ਜੀ ਵੋ ਧਾਰੋ ਆਪਣੋ ਮਸਲੋ ਹੈ, ਲੈ ਗੱਲ ਸੁਣੋ, ਇਹ ਅਮਿਤ ਸ਼ਾਹ ਹੋਰ ਨਹੀਂ ਆਇਆ ਧਾਰਾ ਨਾਲਿੰਗਾ? ਤੇਰਾ ਮੈਂ ਕਿ ਥੋ ਆ ਚਲਾ ਸ਼ੀਦਾ ਚੱਲੇ ਮੈਂ ਹੂੰ, ਤਾਂ ਉਸਨੇ ਨੀ ਕੋ ਗੱਲ ਪਗੜੀ, ਹਾਸ ਕਹਿਣ ਲੋ ਮੈਨੇ ਦਫ਼ਤਰ ਮੈਂ ਥੋੜੋ ਜੋ ਕੰਮ ਹੈ, ਤਾਂ ਤਮ ਜਾਓ ਮੁੜਾਓ। ਓ ਪਤੋ ਹੈ ਮੀਨਾ ਵੋ ਬੰਦੋ ਨਹੀਂ ਦਿਲਚਸਪੀ ਰੱਖਦੋ, ਕੰਮ ਸਾਰਾ ਮੈਨੂੰ ਉਸਕਾ ਯਾਦ ਹੈ, ਅਸਲ ਗਿਆ ਵਿੱਚ ਮੋਦੀ ਜੀ ਗਾਲੀ ਸਰਾ ਹੋਈ ਯਾ ਕੋਈ ਦੋ ਮਹੀਨਾ ਪਹਿਲਾਂ ਮੇਰਾ ਨਿੱਕਾ ਇੱਕ ਨੂੰ ਉੱਥੋਂ ਵਿਆਹ। ਅੱਛਾ, ਆਪਣੇ ਅਮਿਤ ਸ਼ਾਹ ਸਾਹਿਬ ਸੱਦਿਆ ਬਸਾਲਿਆ, ਰੋਟੀ ਛੋਟੀ ਤਰੀ, ਅਗਵਾਲ ਗੇਰਾ ਮੈਂ ਵਿਆਹ ਦਾ ਕੰਮ ਕਾਜ ਮੈਂ ਤਮਣਾ ਪਤੋ ਹੈ, ਤਾਂ ਥੋੜ੍ਹੀ ਜਿਹੀ ਤਰੀ ਥੁੜ ਗਈ, ਤਾਂ ਸ਼ਾਹ ਸਾਹਿਬ ਫਿਰ ਤਰੜ ਗਿਆ ਉਸ ਗੱਲੋਂ, ਬੜਾ ਨਾਰਾਜ਼ ਹੋਇਆ ਮੈਂ ਜੇ ਸ਼ੀਦਾ ਗਾ ਤਰੀ ਨਹੀਂ ਲੱਭੀ। ਵੋ ਭਾਈ ਗੱਲ ਦਿਲ ਮੈਂ ਰੱਖ ਕੇ ਬੈਠੋ, ਨਹੀਂ ਤਾਂ ਸ਼ੀਦਾ ਦੇ ਬਗੈਰ ਕਿਤ ਰਹਿ ਲਗੋ ਵੋ ਬੰਦਾ ਕਿ ਮਦੇ ਆਵੇ ਆ। ਚਲੋ ਵਾਹ, ਗੱਲ ਖੈਰ ਗਈ ਹੈ ਭਾਈ ਸ਼ੀਦਾ, ਤੂੰ ਯਾਦ ਆ ਸਿਰਾ ਜੋ ਕਿ ਤੇ ਵਜੂਦ ਸਾਰਾ ਵਰ ਕੋਈ ਚਿੱਤਰ ਕੱਢਿਆ ਵਾ, ਸਿਰ ਗਿਆ ਉੱਪਰ ਤੇ ਟੇਢ ਜੋ ਉਸਤਰੋ ਮਰਵਾਈ ਵੀ ਹੈ, ਦਿਮਾਗ ਠੀਕ ਹੈ ਨਾ, ਖੈਰ ਸੁੱਖ ਹੈ? ਓਹੋ ਮੋਦੀ ਜੀ ਕੌਣ ਸਮਝਾਵਿਆ ਤਾਵਣਾ ਇਹ ਨਿੱਕੀ ਮੋਟੀ ਗੱਲ, ਯੋ ਸਟਾਈਲ ਹੈ ਭਾਈ, ਹਰ ਆਦਮੀ ਇੱਕ ਆਪਣੋ ਸਟਾਈਲ ਮੈਂ ਕਿਹਾ ਰਿਹਾ ਮੇਰੋ ਗਜਣੀ ਸਟਾਈਲ ਬਣਾਓ। ਬੁੱਢੀ ਵਾਲੀਆਂ ਲੋਕ ਤਖਤਾ ਕਢਾਵੇਂ ਕਵਰ ਕੀ ਜਗ੍ਹਾ ਤੱਕੇ ਹੈ, ਤੇ ਉੱਠ ਕੇ ਸਟਾਈਲ ਬਣਾ ਲਈ ਹੋਏਰਾ ਸ਼ੀਦਾ, ਤੇਰਾ ਨਾਲ ਵਿਚਾਰੋ ਨਹੀਂ ਤਮ ਕਹਿ ਕੇ ਜਣਾਂਗੇ ਬੱਚੇ ਜਣੇ ਸ਼ੀਦੋ ਬੁੱਢੋ ਹੋ ਗਿਓ। ਆਏ 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 ਇਹ 17 ਸਾਲ ਦਾ ਕਿਸੇ ਨਿੱਕਾ ਛੋਰ ਗੇਰਾ ਨਾ ਮੇਰਾ ਨਾਲ ਦੜਾ ਕੇ ਦੇਖੋ ਲਾ ਸ਼ੀਦੋ ਕਿਸਰਾ ਛਾਲ ਮਾਰਿਆ, ਗੱਲ ਕਿਦੀ ਕਰੇ ਜੀ। ਚਲੋ ਜੀ, ਉੱਪਰ ਵਾਲੋ ਤਾਂ ਇਸੇ ਰਾ ਬਿਲਕੁਲ ਸਿਹਤ ਯਾਫਤਾ ਰੱਖਿਆ, ਤਾਂ ਜਵਾਨ ਹੀ ਰੇ ਤਮ ਅਦਾ ਫੈ ਕਰੋ ਇਹਨਾਂ ਗੱਲਾਂ ਨਾਲ, ਗੱਲ ਸੁਣੋ ਮੈਂ ਸੁਣੇ ਮੈਂ ਭਾਈ ਹਸਨ ਹੋਰਾਂਗੀ ਕੁੜੀ ਦਾ ਵਿਆਹ ਵਾ ਨਹੀਂ ਤਾਂ ਬੈਠਾ ਕੇ ਗੱਲ ਹੋ ਗਈ ਤੀ। ਉਹ ਜੀ ਬੱਚੀਆਂ ਦਾ ਕਾਜਾਂ ਵਾ ਕੌਣ ਰੁੱਸਿਆ ਤਾਂ ਪਤੋ ਹੈ, ਲੇਕਿਨ ਹਸਨ ਕੀ ਜਿਹੜੀ ਆਦਤ ਹੈ ਨਾ ਵੇ ਜ਼ਰਾ ਪੈਡੀ ਹੈ ਜੀ, ਤਾਂ ਵੈਸਾ ਕੋ ਕਹਿ ਗੋ ਮੋਦੀ ਨੇ ਯੋ ਕੰਮ ਨਹੀਂ ਕੀਓ, ਮੋਦੀ ਨੇ ਵੋ ਕੰਮ ਨਹੀਂ ਕੀਓ, ਇਹ ਇਸ ਤਰ੍ਹਾਂ ਕੀ ਜਿਹੜੀ ਕੁੜ ਕੁੜ ਹੈ ਨਾ ਹੂੰ ਸੁਣ ਤੋ ਰਹੇ ਉਰਾਂ ਪਰਾਂ ਤੇ, ਨਾ ਮੇਰਾ ਸੋ ਜ਼ਮੀਰ ਨਹੀਂ ਮੰਨੇ ਜੋ ਇਸ ਕਾ ਵਿਆਹ ਮੈਂ ਚਲੇ ਜਾਊਂ। ਤਾਂ ਬਸ ਤਾਂ ਫਾਰ ਮੋਦੀ ਜੀ ਤਾਵਣਾ ਵੀ ਪਤਾ ਨਹੀਂ ਕੀ ਹੋ ਗਿਆ ਲੀਡਰਾਂ ਨਾਲ, ਜੋ ਕੋਈ ਲੱਗੋ ਰਿਹਾ ਬੰਦਾ ਜੋ ਇਸ ਤਰ੍ਹਾਂ ਕੀ ਸੋਹਣੀ ਜਖਣੀ ਬਣਾਈ ਵੀ ਥੀ ਉਤੇ ਮੇਰੇ ਆਲਾ ਜਾਣੋ ਤੋ ਛੜਾ ਛਾਣ ਥਾ ਤਾਂ ਚੁੱਪ ਕਰਕੇ ਥਾਲੀ ਦੋ ਤਰ੍ਹਾਂ ਪਲੇਟ ਦਿਨ ਥੀ ਮੋੜ ਆਲੂ ਥੋ ਨਾ ਅੱਲਾ। ਹਾਂ ਬਲ ਰੋਟੀ ਬਣਾਈ ਵੀ ਥੀ ਜਣੇ, ਕਿਤ ਕਾ ਥਾ ਰਿਹਾ ਰੋਟੀ ਬਣਾਉਣ ਨਾਲ ਆਇਆ ਵਾ? ਐਂਗਾ ਮੰਡੀ ਵਾਲਾ ਪਾਸੇ ਤੇ ਕੋਈ ਆ ਬੁਲਾਇਆ ਵਾ ਤਾਂ 3-4 ਇੱਕ ਦਾ ਬੰਦਾ ਗਈ ਉਹ ਇਸ ਰਾਗੀ ਰੋਟੀ ਉਹਨਾਂ ਨੇ ਬਣਾਈ ਤਾਂ ਵਰਤਾਈ ਹੈ ਨਾ, ਇਹ ਮੇਰੇ ਆਲਾ ਕੇ ਦੱਸੋ ਤਾਂ ਉਹ ਯਖਲੀ ਗਈ ਅੱਧੀ ਬਾਲਟੀ ਵਾ ਨਿੱਕੀ ਵੈ ਨਾ ਵਾ ਪਾਲ ਕੇ ਜਣ ਘਰ ਲੈ ਆਇਓ, ਮੈਂ ਕਿਹਾ ਰੇ 2 ਦਿਨ ਖਾਊਂਗਾ ਸਰਾ ਰੋਟੀ ਸੁਣੀ ਗਜ਼ਬ ਕੀ ਬਣਾਵੇਂ। ਆਇਆ 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 ਤਿੰਨਾ ਬਸ ਆਪਣਾ ਹੀ ਟਿੱਡਗੀ ਪਈ ਰਹਿ, ਯਾਨੀ ਜੇ ਛੰਨਾ ਗਿਆ ਵਿੱਚ ਬਾਗ ਥੋੜ੍ਹੀ ਜਿਹੀ ਲੈ ਆਵੇ ਡੇਰਾ ਮੇਰੇ ਦਾ ਮਿੱਤਰਾ, ਫਿਰ ਬੈਸ ਕੇ ਖਾਤਾ ਦੋਏ ਤੇ ਮਜ਼ੋ ਵੀ ਆਵੇ ਆ, ਤੇਰੀ ਕਾਂ ਹੀ ਦੋਸਤੀ ਰੇ ਸ਼ੀਦਾ। ਅੱਛਾ ਊ ਛੰਨਾ ਮੈਂ ਲੈ ਗਿਆ ਤੂੰ ਜਨਾਬਾਂ ਕੇ, ਮੈਂ ਵੀ ਇਹ ਕਾਰਜ ਕੀਤੇ ਹੈ ਕੋਈ ਯਾਦ ਕੇ ਲਾ? ਮੈਂ ਤਾਂ ਆਪਣਾ ਕਹਿ ਤੋ ਮੈਂ ਮੀਨਾ ਖਸਰਾ ਗਰਦਾਵਰੀ ਗੀ ਨਕਲ ਲੋੜੀ ਨਾ ਪਟਵਾਰੀ ਨਾ ਫੋਨ ਕਰ ਛੋੜੀਓ ਕੀ ਜੋ ਥੋ ਤੇਰਾ
ਪੈ ਗਈ ਫਿਰ ਮੇਰਾ ਹੀ ਵਰ ਤਾਂ ਨਹੀਂ ਕਿਤੇ ਯਾਦ ਰਿਹਾ ਮਹੀਨਾ ਤਾਂ ਹੁਣ ਕਰ ਛੋੜੂੰਗਾ ਨਾ ਬੱਲੇ ਬੱਲੇ ਹੁਣ ਕਰਨ ਲਗਾ ਤਮ ਤੀਜਾ ਮਹੀਨੇ ਫੋਨ ਰਿੰਨ ਦਿਓ ਇਸਲੇ ਉਸਲੇ ਕਰਤਾ ਨਾ ਤਮ ਫੋਨ ਦਾ ਬਾਲਟੀ ਯਖਣੀ ਕੀ ਭਰ ਗਿਆ ਸ਼ੀਦੋ ਡੇਰਿਆ ਪਚਾਵੇ ਆ ਅਸਲ ਨੇ ਕਿਹੜੋ ਉਤ ਯਖਣੀ ਨੇ ਜੰਦਰੋ ਲਾਈ ਵੀ ਥੋ ਆਪਣੇ ਥਥਪਲਾਟੇ ਵੋ ਥੋ ਬਹਿ ਮੈਂ ਛੋੜ ਨੇੜਾ ਹੁਣ ਯਖਣੀ ਨੇ ਹੋਰ ਕਾ ਗੱਪ ਸੁਣਾ ਔਰ ਗੱਪ ਫਿਰ ਕੇ ਬਹਿ ਗਈ ਗੱਲ ਸੁਣੋ ਜੇ ਐਤਕੀ ਤਮਣੇ ਆਪਣਾ ਵਾਲਾ ਜੇ ਤਮਣ ਦਾ ਪੱਤਰ ਕਿਸ ਨੇ ਦਿੱਤਾ ਵਾ ਇਹਦਾ ਪੱਤਰਾਂ ਦੀ ਖਾਸ ਗੱਲ ਮੈਂ ਹਾਲੇ ਕਿਸੇ ਨਾਲ ਨਹੀਂ ਕੀ ਮੱਖਣੂ ਵੀ ਆਈ ਵੀ ਥੋ ਸ਼ਕੀਲ ਵੀ ਆਈ ਵੀ ਥੋ ਫਾਰੂਕ ਵੀ ਥੋ ਆਈ ਵੀ ਮੰਗ ਰਿਹਾ ਸਾਰਾ ਤਾਂ ਰੇਟ ਵਾਂ ਕੋਈ ਨਹੀਂ ਜੁੜਤਾ ਵੀ ਕੋਈ ਕੁਝ ਦੱਸਿਆ ਕੋਈ ਕੁਝ ਦੱਸਿਆ ਤਾਂ ਮੈਂ ਕਿ ਉਹ ਪੱਤਰ ਮਾਰਾ ਬਾਲਵਾਂ ਫਿਰ ਤਿੰਨਾ ਪਤਾ ਹੀ ਹੈ ਕਿੰਨਾ ਹੈ ਹਾਂ ਵਾਹ ਗੱਲ ਤਾਂ ਮੈਨੂੰ ਪਤਾ ਹੈ ਥਾਲੀ ਜਿਹੜੀ ਬੜੀ ਡੋਗੀ ਅੱਗੇ ਬੰਨਾਵਰ ਛੇ ਸੱਤ ਬੂਟਾ ਹੈ ਭਾਈ ਵੇਹੀ ਛੇ ਸੱਤ ਹਜ਼ਾਰ ਕਹਿੰਦਾ ਗੱਲ ਸੁਣੋ ਫਿਰ ਵੀ ਰੇਟ ਕਰੇ ਕਿ ਲਗਾ ਤਮ ਜਣੇ ਇਹਦਾ ਹੂੰ ਕਿ ਰੇਟ ਕਰੂੰਗਾ ਅਮਿਤ ਸ਼ਾਹ ਤਾਂ ਹੂੰ ਦੋ ਇੱਕ ਦਿਨ ਬੈਠਾ ਵਾ ਥਾ ਬਲੀ ਵਰਦ ਹੈ ਉਹ ਜਿਹੜੇ ਸਾਰੇ ਪਾਸੇ ਨਜ਼ਰ ਮਾਰ ਕੇ ਕਹਿਣ ਲਵੋ ਜੇ ਨੌਂ ਇੱਕ ਹਜ਼ਾਰ ਦਾ ਪੱਤਰ ਦਾ ਮਾਰਾ ਵੱਢ ਸਾਰਾ ਗਾ ਇਹ ਅੱਛਾ ਤਾਂ ਇਹ ਗੱਲ ਹੈ ਅਮਿਤ ਸ਼ਾਹ ਹੋਰਾਂ ਨੇ ਰੇਟ ਦੱਸਿਓ ਤਾਂ ਉਹਨਾਂ ਹੀ ਗੱਲ ਫਿਰ ਤੁਮ ਕੀ ਮੋੜੇ ਭਾਈਆ ਨਹੀਂ ਇਹਦਾ ਵਾਹ ਗੱਲ ਨਹੀਂ ਗੱਲ ਇਹ ਹੈ ਨਾ ਨਿੱਕੋ ਮੋਟੋ ਜਿਹੜੋ ਬੂਟੋ ਹੈ ਰਲਾ ਕੇ ਤਕਰੀਬਨ 40 ਬੂਟੋ ਦਾ ਹੈ ਬਾਡੋ ਆ ਛੋੜੋ ਨਾ ਹੁਣ ਤਾਂ ਮੈਂ ਜਿੱਦ ਵਰੋਂ ਹਟੋ ਨਾ ਬੰਦੋ ਇੱਕ ਮਹੀਨਾ ਕੱਲ੍ਹ ਪੁੱਛਿਆ ਥੋ ਜੇ ਮੋਦੀ ਹੋਰਾਂ ਦਾ ਬਾਡ ਦਾ ਪੱਤਰ ਨਹੀਂ ਵਿਕਿਆ ਤਾਂ ਹੂੰ ਲੈਣਾ ਚਾਹੂੰ ਤਾਂ ਵਾਹ ਹੂੰ ਸੋਚੂ ਥੋ ਜੋੜ ਮਿਲ ਗਿਆ ਜੇ ਕਦੇ ਸੱਤ ਅੱਠ ਭਰਾ ਜੇ ਬੰਦਾ ਗਿਆ ਤਾਂ ਕੱਲ੍ਹ ਹੂੰ ਉਸ ਨਾਲ ਬੁਲਾ ਲਿਓ ਚਲੋ ਤੱਕਾ ਨਾ ਫਿਰ ਸ਼ਾਮ ਮਿਲੇ ਅੱਜ ਯੋਗੀ ਵੀ ਆਵੇ ਲੋ ਵੀ ਅਮਿਤ ਸ਼ਾਹ ਵੀ ਤੇ ਉਹਨਾਂ ਦੋਵਾਂ ਨਾਲੋਂ ਸਲਾਹ ਕਰਕੇ ਤਾਂ ਫਿਰ ਤਿੰਨਾ ਦੱਸੂਗਾ ਕਿਸ ਰੇਟ ਵਰ ਦੇਣਾ ਹੈ ਕੀ ਕਰਨਾ ਹੈ ਯੋਗੀ ਅੱਗੇ ਤਾਂ ਮੇਰੋ ਨਾਂ ਨਾ ਨਾ ਲੈ ਲਿਓ ਜੇ ਸ਼ੀਦੋ ਯਾ ਗੱਲ ਕਹਿ ਥੋ ਉਸ ਨਾਲ ਮੇਰੀ ਜ਼ਰਾ ਕਾਟੀ ਬਣੇ ਤਾਂ ਮੈਨੂੰ ਪਤਾ ਹੀ ਇਹਦਾ ਇਹ ਆਪਣੇ ਨੀਵੇਂ ਗੱਲ ਰੱਖ ਕੇ ਜੋ ਦਾਲ ਮਾਲ ਕਰ ਗਿਆ ਜੇ ਕੋਈ ਤੀਜੋ ਆਦਮੀ ਪੁੱਛਿਆ ਥੋ ਨਾ ਉਸ ਹਿਸਾਬ ਨਾਲ ਗੱਲ ਕਰੀਓ ਓ ਉਸ ਗੱਲੋਂ ਤੂੰ ਬੇਪਰਵਾਰ ਹੋਏ ਰਸ਼ੀਦਾ ਉਹਨੂੰ ਹੀ ਨਾਂ ਲੇਤੋ ਵੀ ਤੇਰੋ ਨਾਂ ਕਾਂਜੋ ਲਿਆਂਗਾ ਉਹ ਇਸਰਾ ਪੁੱਛੂੰ ਨਾ ਜੇ ਕੀ ਰੇਟ ਹੋਣਾ ਚਾਹੀਏ ਥੋੜ੍ਹਾ ਘੱਟ ਵੱਧ ਵੀ ਹੋਣਾ ਚਾਹੀਏ ਜਾਂ ਨਹੀਂ ਮਿੰਨਾ ਸੁਰਾ ਇੰਨਾ ਤਾਂ ਨਾ ਪਤਾ ਹੀ ਨਹੀਂ ਉਹ ਆਪਣੇ ਉਲਝੇ ਰਹੂੰ ਤਾਂ ਉਹਨਾਂ ਨੇ ਜ਼ਰਾ ਜਾਣਕਾਰੀ ਬਲ ਹੈ ਵੱਢ ਗਈ ਮਾਲ ਗਈ ਪੱਤਰਾਂ ਗਈ ਕਾ ਗਈ ਨਾ ਨਾ ਜਾਣਕਾਰ ਦੇਵੇ ਦੋਏ ਜਣਾ ਮੁੱਚ ਨਾ ਜੋ ਤਾਂ ਮਿਲਾ ਵੀ ਪਤਾ ਹੈ ਪਰ ਯੋਗੀ ਨਾਲ ਇੰਨਾ ਤੜਾ ਵਾ ਮੇਰੀ ਕੋਈ ਉਤਨੀ ਖਾਸ ਮਾਣ ਸਾਰਨੀ ਯੋਗੀ ਵਰ ਤੂੰ ਕਿਉਂ ਇਤਨੂੰ ਅੱਕਿਓ ਹੋਏ ਰਸ਼ੀਦਾ ਗੱਲ ਕੀ ਹੈ ਵਿੱਚ ਕੀ ਕੀ ਗੱਲ ਪੁੱਛੇਗਾ ਮੋਦੀ ਜੀ ਐ ਕਤਕ ਜਾਵਾਂ ਆਮ ਕਾਲ ਅੱਛਾ ਥਾ ਆਪਣੂ ਲੈ ਮੈਂ ਗੇਰੋ ਤਰੇ ਦਫਾ ਟੋਰਿਓ ਸਾਦੋ ਦਿੱਤੋ ਮੈਂ ਕਿਉਂ ਆਈ ਹੋਏ ਰਾ ਆਈ ਕਾਲ ਅੱਛਾ ਲਾ ਚਲੋ ਖੜਾ ਰਹੀਓ ਕੋਲ ਹੋਰ ਕੀ ਬਹਿ ਜੀ ਹੈ ਅੱਛਾ ਲੇਕਿਨ ਜਣੋ ਨਖਰੋ ਕਰ ਗਿਓ ਨਹੀਂ ਆਇਓ ਕੀ ਕਰ ਸਕਿਆ ਆਦਮੀ ਐਦਾ ਉਸਨੂੰ ਯੋ ਕੁਝ ਨਹੀਂ ਕਰਨਾ ਚਾਹੀਏ ਆਪਤ ਮਾ ਫਿਰ ਯੋ ਹੀ ਕੁਝ ਵਿਆਹਣਾ ਚਾਹੀਏ ਥੋ ਮੈਂ ਕਿਉਂ ਸੋਹਣਿਆ ਕੋਈ ਮੁਸ਼ਕਲ ਨਹੀਂ ਜੇ ਤੇਰਾ ਮੈਂ ਇਤਨੀ ਨਰੀ ਹੈ ਰਾਦਾ ਸ਼ੀਦਾ ਮਾਂ ਵੀ ਆਕੜ ਘੱਟ ਨਹੀਂ ਮੈਂ ਕਿਉਂ ਯਾਦ ਰੱਖ ਲਈਏ ਕਾਹ ਭਾਜੀ ਨੇ ਇਸ ਨਾਲ ਰੱਖਣੀ ਵੀ ਭਾਵੇਂ ਲੇਤਰੀ ਗੀ ਵਹਿ ਕਾਰ ਰਚਣਗੀ ਵਹਿ ਕੋ ਵਹਿ ਸ਼ਾਦੀ ਵਹਿ ਮੈਂ ਵੀ ਨਹੀਂ ਜਾਣੂ ਬਸ ਘਾਟਾ ਫੈਂ ਉਸ ਨਾਲ ਆਈ ਗੱਲ ਚੱਲ ਛੋੜ ਹੋਣੀ ਨਾ ਗੱਲਾਂ ਨਾ ਯੋ ਕੋਈ ਲੱਗੋ ਰਹਿਦਾ ਚੱਲੇ ਵਾਂ ਹੂੰ ਆਪਣੀ ਸਿਹਤ ਕੋ ਧਿਆਨ ਰੱਖੀਏ ਲਾ ਔਰ ਤਮ ਦੇ ਪਿਆ ਜਾਓ ਪਰ ਇਨ ਲੋਕਾਂ ਨੇ ਯਾ ਗੱਲ ਦੱਸ ਗਿਆ ਜਾਓ ਨਾ ਜੇ ਵਕਾਰ ਪਸਵਾਲ ਸ਼ੋ ਨਾ ਯੂਟਿਊਬ ਗਿਆ ਉੱਪਰ ਜਾ ਗਿਆ ਸਬਸਕ੍ਰਾਈਬ ਵੀ ਕਰੀਓ ਤਾਂ ਲਾਈਕ ਅਤੇ ਸ਼ੇਅਰ ਵੀ ਕਰੀਓ ਉਹ ਇਸ ਗੱਲ ਕੋ ਲੋਕਾਂ ਨੂੰ ਚੰਗੀ ਤਰ੍ਹਾਂ ਪਤੋ ਹੈ ਜੇ ਲਾਲ ਬਟਨ ਦਬਾਣੂ ਜਾਣੇ ਲੋਕ ਜਾਣੇ ਜਾਣੇ ਤਾਂ ਆਪਣਾ ਨਹੀਂ ਪਤੋ ਆਮ ਸਿਆਸੀ ਲੋਕ ਆਪਣਾ ਸਭ ਪਤੋ ਹੈ ਅੱਲਾ ਠੀਕ ਹੈ ਫਿਰ ਅੱਲਾ ਜੀ ਸਪੁਰਤ